सुल्तानपुर लोधी दे गुरद्वारा बीबी नानकी रोड दे उत्ते दो धिरां दे नौजवानों दे विच खूनी टकराव हो गया। एक धिर दे नौजवान आकाशदीप सिंह ने दस्या कि वह स्कूल तो जिवें ही बाहर निकलिया तो उस उत्ते कुछ नौजवानों ने जानलेवा हमला कर दिता। आकाशदीप ने दोष लगाए कि रोहिन दे पिता पुलिस दे विच है अते उन्हां दी शह दे उत्ते उसनू जानो मारन दीआं धमकियां वी मिलदीआं रहीआं ते अज उस उत्ते इह हमला कीता गया है जिस कारण उह गंभीर जख्मी हो गया। मुंडे जड़े आए ही गल जिदा मार मूर के चल गए 10 बंदे ही रोहिन रॉबिन गग्गी ते लव मेंटल ते दोवां तिन्नां दे मैनूं नां नहीं पता एक चेतन ही ते बाकी नां नहीं जी मैनूं पता। रंजिश चल रही थी या की सी मैटर? रंजिश कोई नहीं जी उदा ही जिदा हैगी ही गलबात पहला ही मेरे नाल नहीं ही उदा ही लगते ही ਤੇ ਜਿੱਦਾਂ ਰਾਜੀਨਾਮੇ ਵੀ ਕਰਨ ਗਏ ਸੀ ਪਹਿਲਾਂ 2-3 ਵਾਰੀ ਤੇ ਨਹੀਂ ਉਹ ਤੁਸੀਂ ਕਿਹੜੇ ਸਕੂਲੇ ਪੜ੍ਹਦੇ ਹੋ? ਅਏ ਹਰਕ੍ਰਿਸ਼ਨ ਜੀ ਠੀਕ ਵਾ ਹੁਣ? ਹਾਂ ਠੀਕ ਆ ਭਾਈ ਜਿਆਦੀ ਨਾ ਇੰਟਰਵਿਊ ਤੇ ਕਿੱਥੇ ਕਿੱਥੇ ਲੱਗੇ ਸੱਟਾ ਤੁਹਾਡੇ? ਹਾਂ ਇੱਕ ਹੱਥ ਤੇ ਜੀ ਤੇ ਇੱਧਰ ਤੇ ਇੱਕ ਤੇ। ਉਹਨਾਂ ਕੋਲ ਹਥਿਆਰ ਵੀ ਸੀ? ਹਾਂਜੀ ਖੰਡੇ ਸੀ ਜੀ 4। ਹਾਂਜੀ ਉਹੀ ਮਾਰੇ। ਕਿੰਨੇ ਕੋਈ ਗੱਲ ਆ ਘਟਨਾ ਕਿੰਨੇ ਕੋਈ ਦੀ ਆ? ਇਹ ਅੱਧੇ ਘੰਟੇ ਪਹਿਲਾਂ ਦੀ। ਪੁਲਿਸ ਪ੍ਰਸ਼ਾਸਨ ਤੋਂ ਕੋਈ ਮੰਗ ਕਰਨਾ ਚਾਹੁੰਦੇ ਹੋ? ਹਾਂਜੀ ਇਨਸਾਫ ਦੀ ਮੰਗ ਕਰਾਂਗੇ। ਚਲਦੀ ਨੋਕ ਤੇ ਮੈਨੂੰ ਜਿੱਦਾਂ ਖੜਾ ਕੀਤਾ ਤੇ ਮੈਂ ਡਰ ਗਿਆ ਉੱਥੇ ਤੇ ਉੱਥੇ ਮੈਨੂੰ ਖੜਾ ਹੋਣਾ ਪਿਆ। ਉਹਨਾਂ ਨੇ ਖੰਡੇ ਮਾਰੇ ਮੇਰੇ। ਉਹਨਾਂ ਦਾ ਕੋਈ ਮਜ਼ਬੂਤ ਕੀ ਪੱਖ ਆ ਜਿਹੜਾ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ? ਹਾਂਜੀ ਉਹਨਾਂ ਦੇ ਫਾਦਰ ਸਾਹਿਬ ਪੁਲਿਸ ਆ, ਉਹਨਾਂ ਦੀ ਸ਼ਹਿਰ ਤੇ ਸਾਰਾ ਕੰਮ ਹੁੰਦਾ ਵਾ ਜੀ। ਉਹੀ ਸੁਲਾ ਕਰਨ ਗਏ ਆ ਉੱਥੇ, ਉਹਨੇ ਗਾਲਾਂ ਕੱਢੀਆਂ ਨੇ, ਪਿਓ ਨੇ ਕੁਝ ਨਹੀਂ ਕਿਹਾ। ਤੁਹਾਡਾ ਨਾਮ ਕੀ ਆ ਜੀ? ਮੈਂ ਜੀ ਮੰਮਾ ਵਾਂ ਪਰਮਜੀਤ ਕੌਰ। ਠੀਕ ਹੈ। ਤੇ ਇਹਦੇ ਪਾਪਾ ਰਿਟਾਇਰਮੈਂਟ ਆਏ ਨੇ ਪਹਿਲਾਂ, ਹੁਣ ਖੇਤੀ ਕਰਦੇ ਨੇ। ਠੀਕ ਹੈ। ਪਹਿਲਾਂ ਬੀਐਸਐਚ ਉਹਦੇ ਪਾਪਾ ਦੇ ਨਾਲ, ਇਹਦੇ ਪਾਪਾ ਵੀ ਗੱਲਬਾਤ ਕਰਨ ਗਏ ਨੇ ਉੱਥੇ, ਉਹਨਾਂ ਆਪ ਸੱਦਿਆ ਖੁਦ ਕਿ ਆਓ। ਫਿਰ ਉਹਨੇ ਮੁੰਡੇ ਨੇ ਇੰਨੀਆਂ ਗਾਲਾਂ ਕੱਢੀਆਂ ਨਾ, ਅੱਗੋਂ ਇੱਟਾਂ ਚੁੱਕਣ ਨੂੰ ਪੈਂਦਾ ਸੀ, ਇੱਕ ਡੰਡਾ ਵੀ ਚੁੱਕਿਆ ਹੋਇਆ। ਨਹੀਂ ਅੱਜ ਹਮਲਾ, ਅੱਜ ਹਮਲੇ ਦਾ ਪਤਾ ਨਹੀਂ ਕੋਈ, ਅੱਜ ਨਹੀਂ ਪਤਾ ਲੱਗਿਆ। उधर दूजे पासे रोहिन ने अपने उत्ते लगे दोषां नूं नकारिया ते कहा कि आकाशदीप ने उस उत्ते हमला करके उस नूं जख्मी कीता। ਇੱਕ ਕਾਸ਼ਦੀਪ ਵਾਲਾ ਤੁਹਾਡੇ ਆਰੋਪ ਲਗਾਏ ਜਾ ਰਹੇ ਕਿ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ, ਕਿੰਨੀ ਕੁ ਸੱਚਾਈ ਹੁੰਦੀ ਹੈ? ਇਹ ਸਕੂਲ ਵੱਲ ਜਾਂਦੇ ਪਏ ਸੀ, ਆਪਣੀ ਗੱਡੀ ਲਾਉਂਦੇ ਪਏ, ਇਹ 3-4 ਜਾਣੇ ਸੀ ਤੇ ਉੱਥੇ ਫਿਰ ਇੱਥੇ ਲੜਾਈ ਹੋ ਪਈ। ਇਹਨਾਂ ਕੋਲ ਵੀ ਸੀ ਸਮਾਨ, ਸਾਡੇ ਕੋਲ ਵੀ ਸੀ, ਤਾਂ ਮੇਰੇ ਕੱਟ ਲੱਗ ਗਿਆ ਨਾ, ਕਿਰਪਾਨ ਮਾਰੀ ਮੇਰੇ ਉੱਤੇ। ਇਹ ਕਿੰਨੇ ਕੁ ਜਣੇ ਸੀ ਜਿਨ੍ਹਾਂ ਨੇ ਤੁਹਾਡੇ 'ਤੇ ਹਮਲਾ ਕੀਤਾ? ਇਹ 6-7 ਜਾਣੇ ਸੀ ਮੇਰੇ ਖਿਆਲ ਨਾਲ ਉੱਥੇ। ਸਕੂਲ ਦੇ ਵੀ ਮੁੰਡੇ ਬਾਹਰ ਆ ਗਏ ਸੀ, ਉਹ ਵੀ ਸਾਡੇ ਗੱਲ ਪੈ ਗਿਆ। ਅੱਛਾ, ਤੁਸੀਂ ਇਕੱਲੇ ਸੀ ਉਸ ਟਾਈਮ? ਨਹੀਂ, 2-3 ਜਾਣੇ ਸੀ ਮੇਰੇ ਖਿਆਲ ਨਾਲ। ਅੱਛਾ, ਹਾਂਜੀ। ਤੁਸੀਂ ਕਦੇ ਜਾ ਰਹੇ ਸੀ? ਅਸੀਂ ਬਾਈਕ ਤੇ ਜਾ ਰਹੇ ਸੀ, ਪਹਿਲਾਂ ਇਹਨੇ ਸਾਨੂੰ ਵੇਖ ਕੇ ਤਾਂ ਬਾਹਾਂ ਹੀ ਆ ਖਿਲਾਰੀਆਂ, ਦੂਰੋਂ ਇਦਾਂ ਕਰਨ ਲੱਗ ਪਿਆ। ਮੰਗ ਕਰਨੀ ਚਾਹੁੰਦੇ ਪੁਲਿਸ ਪ੍ਰਸ਼ਾਸਨ? ਹਾਂਜੀ, ਮੰਗ ਇਹ ਕਰਨਾ ਚਾਹੀਦਾ, ਸਾਨੂੰ ਵੀ ਇਨਸਾਫ ਮਿਲਣਾ ਚਾਹੀਦਾ। ਹੁਣ ਇਹਨਾਂ ਦਾ ਇਹ ਵਾ, ਇਹਨਾਂ ਨੇ ਵਿੱਚ ਲਿਖਾਇਆ ਹੋਣਾ ਵਾ ਕਿ ਇਹਨਾਂ ਦਾ ਡੈਡੀ ਪੁਲਿਸ ਆ, ਪਰ ਇੱਧਰ ਕੋਈ ਗੱਲ ਨਹੀਂ, ਸਾਡੀ ਵੀ ਕਾਰਵਾਈ ਹੋਣੀ ਚਾਹੀਦੀ ਹੈ, ਜੋ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ। ਫਿਲਹਾਲ ਦੋਹਾਂ ਨੌਜਵਾਨਾਂ ਦੀ ਹਾਲਤ ਸਥਿਰ ਹੈ ਤੇ ਆਕਾਸ਼ਦੀਪ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਸੁਲਤਾਨਪੁਰ ਲੋਧੀ ਤੋਂ ਬਿਊਰੋ ਰਿਪੋਰਟ, NC7 ਨਿਊਜ਼।